लेख पढ़ाई विच खेडां दा स्थान। विद्या दा मुख महत्व मनुख दे व्यक्तित्व दा हर पक्षों विकास करना है। अर्थात विद्या दा महत्व केवल डिग्रियां प्रदान करके विद्यार्थियों नूं रोजी कमाउन दे योग बनाना ही नहीं, संगो उना दे व्यक्तित्व दा पूर्ण विकास करना है। अज असीं अजिहे व्यक्ति वेख सकते हाँ जो चंगियां नौकरियां ते लगे हुए हन, जा आर्थिक तौर ते खुशहाल हन, पर बाकी पक्खा तों उने हन। कोई शरीरक तौर ते कमजोर है, कोई सदाचारक कदरां कीमतां तों अनजाण है। विद्या ओही पूर्ण है जो मनुख दे व्यक्तित्व दा हर पक्खों ठीक ते पूर्ण विकास करती है। एक व्यक्ति दे व्यक्तित्व दे पक्ष हन शरीरक, दिमागी ते आत्मक आदि। खेडां व्यक्ति दे हर पक्ष दा विकास करन विच सहाई हुंदियां हन। एह शरीर नूं नरोया, रिष्ट पुष्ट ते अरोग रखदियां हन। असी आम वेखदे हां कि खिडारी विद्यार्थियां दी सेहत दूजे विद्यार्थियों नालों चंगेरी हुंदी है। ਉਹ ਸਰੀਰਕ ਤੌਰ ਤੇ ਚੁਸਤ ਤੇ ਅਰੋਗ ਹੁੰਦੇ ਹਨ। ਖੇਡਾਂ ਵਿਦਿਆਰਥੀਆਂ ਦੇ ਦਿਮਾਗੀ ਪੱਧਰ ਨੂੰ ਉੱਚਾ ਕਰਦੀਆਂ ਹਨ, ਕਿਉਂਕਿ ਨਰੋਏ ਸਰੀਰ ਵਿੱਚ ਹੀ ਨਰੋਇਆ ਦਿਮਾਗ ਹੁੰਦਾ ਹੈ। ਫੁੱਟਬਾਲ, ਹਾਕੀ, ਵਾਲੀਬਾਲ ਤੇ ਟੇਬਲ ਟੈਨਿਸ ਆਦਿ ਅਨੇਕਾਂ ਖੇਡਾਂ ਐਵੇਂ ਧੱਕੇਸ਼ਾਹੀ ਦੀਆਂ ਖੇਡਾਂ ਨਹੀਂ। ਇਸ ਨੂੰ ਖੇਡਣ ਲਈ ਦਿਮਾਗ ਦੀ ਲੋੜ ਹੁੰਦੀ ਹੈ। ਦਿਮਾਗ ਇੱਕ ਅਜਿਹੀ ਪੂੰਜੀ ਹੈ ਜਿਹੜੀ ਵਰਤਣ ਨਾਲ ਵਧਦੀ ਹੈ। ਸੋ ਲਗਾਤਾਰ ਖੇਡਣ ਵਾਲਾ ਵਿਦਿਆਰਥੀ ਆਪਣੇ ਦਿਮਾਗ ਦਾ ਵਿਕਾਸ ਕਰਦਾ ਹੈ। ਖੇਡਾਂ ਵਿਦਿਆਰਥੀਆਂ ਦਾ ਚਾਲ ਚਲਨ ਬਣਾਉਂਦੀਆਂ ਹਨ। ਇਹ ਸਮੂਹਿਕ ਰੂਪ ਵਿੱਚ ਖੇਡੀਆਂ ਜਾਂਦੀਆਂ ਹਨ। ਇਸ ਤਰ੍ਹਾਂ ਖਿਡਾਰੀ ਇੱਕ ਦੂਜੇ ਨਾਲ ਚੰਗਾ ਵਰਤਾਓ ਕਰਨਾ ਸਿੱਖਦੇ ਹਨ, ਲੋੜ ਪੈਣ 'ਤੇ ਇੱਕ ਦੂਜੇ ਦੀ ਸਹਾਇਤਾ ਕਰਦੇ ਹਨ। ਉਹਨਾਂ ਦਾ ਜੀਵਨ ਸਾਂਝ ਵਾਲਾ ਹੁੰਦਾ ਹੈ। ਇਸ ਸਾਂਝੇ ਜੀਵਨ ਵਿੱਚ ਉਹ ਚੰਗੀਆਂ ਚੰਗੀਆਂ ਆਦਤਾਂ ਗ੍ਰਹਿਣ ਕਰਦੇ ਹਨ ਜੋ ਉਹਨਾਂ ਦੇ ਚਾਲ ਚਲਨ ਨੂੰ ਬਣਾਉਂਦੀਆਂ ਹਨ। ਸਭ ਦਾ ਆਦਰ ਕਰਨਾ ਖਿਡਾਰੀਆਂ ਦਾ ਸੁਭਾਅ ਬਣ ਜਾਂਦਾ ਹੈ। ਸੋ ਸਪਸ਼ਟ ਹੈ ਕਿ ਖੇਡਾਂ ਵਿਦਿਆਰਥੀਆਂ ਨੂੰ ਨੈਤਿਕ ਤੌਰ 'ਤੇ ਵੀ ਉੱਚੀਆਂ ਕਰਦੀਆਂ ਹਨ। ਖੇਡਾਂ ਮਨੋਰੰਜਨ ਦਾ ਸਾਧਨ ਬਣਦੀਆਂ ਹਨ। ਨਿਯਤ ਸਿਲੇਬਸ ਦੀਆਂ ਕਿਤਾਬਾਂ ਅਤੇ ਹੋਰ ਸੰਬੰਧਿਤ ਕਿਤਾਬਾਂ ਪੜ੍ਹ ਪੜ੍ਹ ਕੇ ਵਿਦਿਆਰਥੀ ਅੱਕ ਜਾਂਦੇ ਹਨ। ਉਹਨਾਂ ਨੂੰ ਪੜ੍ਹਾਈ ਵਿੱਚ ਭਾਰ ਜਾਪਣ ਲੱਗ ਪੈਂਦੀ ਹੈ। ਅਜਿਹੇ ਸਮੇਂ ਖੇਡਾਂ ਉਹਨਾਂ ਲਈ ਮਨੋਰੰਜਨ ਜਾਂ ਦਿਲ ਪਰਚਾਵੇ ਦਾ ਕੰਮ ਕਰਦੀਆਂ ਹਨ। ਖੇਡਾਂ ਮਨੋਰੰਜਨ ਦਾ ਇੱਕ ਸਿਹਤਮੰਦ ਸਾਧਨ ਹਨ। ਇਹਨਾਂ ਨਾਲ ਵਿਦਿਆਰਥੀਆਂ ਦਾ ਮਨੋਰੰਜਨ ਵੀ ਹੁੰਦਾ ਹੈ ਅਤੇ ਉਹਨਾਂ ਦੀ ਸਿਹਤ ਤੇ ਚਾਲ ਚਲਨ ਤੇ ਕੋਈ ਭੇੜਾ ਅਸਰ ਵੀ ਨਹੀਂ ਪੈਂਦਾ। ਇਸ ਦੇ ਟਾਕਰੇ ਤੇ ਦਿਲ ਪਰਚਾਵੇ ਦੇ ਹੋਰ ਸਾਧਨ ਜਿਵੇਂ ਕਿ ਸਿਨੇਮਾ ਤੇ ਟੀਵੀ ਆਦਿ ਬਰਾਬਰ ਨਹੀਂ ਉਤਰਦੇ। ਖੇਡਾਂ ਵਿਦਿਆਰਥੀਆਂ ਵਿੱਚ ਧੀਰਜ ਤੇ ਸਹਿਣਸ਼ੀਲਤਾ ਪੈਦਾ ਕਰਦੀਆਂ ਹਨ। ਇਹ ਗੁਣ ਖਿਡਾਰੀਆਂ ਵਿੱਚ ਖੇਡਾਂ ਜਿੱਤ ਜਿੱਤ ਕੇ ਅਤੇ ਹਾਰ ਹਾਰ ਕੇ ਆਉਂਦੇ ਹਨ। ਜ਼ਿੰਦਗੀ ਇੱਕ ਬਹੁਤ ਵੱਡੀ ਖੇਡ ਹੈ ਜਿਸ ਵਿੱਚ ਥਾਂ ਥਾਂ ਹਾਰਾਂ ਅਤੇ ਜਿੱਤਾਂ ਹਨ। ਖੇਡਾਂ ਵਿਅਕਤੀਆਂ ਨੂੰ ਜੀਵਨ ਦੀਆਂ ਹਾਰਾਂ ਜਾਂ ਮੁਸ਼ਕਲਾਂ ਦਾ ਸਾਹਮਣਾ ਕਰਨ ਦੀ ਸ਼ਕਤੀ ਪ੍ਰਦਾਨ ਕਰਦੀਆਂ ਹਨ। ਖਿਡਾਰੀਆਂ ਦੇ ਮਨ ਵਿੱਚ ਡਰ ਭੈ ਦੀ ਭਾਵਨਾ ਬਿਲਕੁਲ ਨਹੀਂ ਰਹਿੰਦੀ। ਖੇਡਾਂ ਵਿਦਿਆਰਥੀਆਂ ਵਿੱਚ ਵੱਧ ਰਹੀ ਅਨੁਸ਼ਾਸਨਹੀਣਤਾ ਨੂੰ ਬਹੁਤ ਹੱਦ ਤੱਕ ਰੋਕਦੀਆਂ ਹਨ। ਸਭ ਖੇਡਾਂ ਦੇ ਵਿਸ਼ੇਸ਼ ਨਿਯਮ ਹੁੰਦੇ ਹਨ। ਹਰ ਖਿਡਾਰੀ ਨੂੰ ਉਹਨਾਂ ਦੀ ਪਾਲਣਾ ਕਰਨੀ ਪੈਂਦੀ ਹੈ। ਇਸ ਤਰ੍ਹਾਂ ਉਹਨਾਂ ਨੂੰ ਨਿਯਮ ਵਿੱਚ ਰਹਿਣ ਦੀ ਆਦਤ ਪੈ ਜਾਂਦੀ ਹੈ। ਇਹ ਆਦਤ ਉਹਨਾਂ ਵਿੱਚ ਅਨੁਸ਼ਾਸਨ ਪੈਦਾ ਕਰਦੀ ਹੈ। ਖੇਡਾਂ ਵਿਦਿਆਰਥੀਆਂ ਨੂੰ ਸਾਊ ਬਣਾਉਂਦੀਆਂ ਹਨ। ਖਿਡਾਰੀ ਆਮ ਤੌਰ ਤੇ ਨੇਕ ਨੀਤ ਤੇ ਆਗਿਆਕਾਰ ਹੁੰਦੇ ਹਨ। ਕਈਆਂ ਦਾ ਵਿਚਾਰ ਹੈ ਕਿ ਖੇਡਾਂ ਵਿਦਿਆਰਥੀਆਂ ਦੀ ਪੜ੍ਹਾਈ ਤੇ ਚਾਲ ਚੱਲਣ ਨੂੰ ਖਰਾਬ ਕਰਦੀਆਂ ਹਨ। ਇਸੇ ਕਰਕੇ ਉਹ ਖਿਡਾਰੀਆਂ ਨੂੰ ਭੈੜੀ ਅੱਖ ਨਾਲ ਵੇਖਦੇ ਹਨ। ਇਹ ਉਹਨਾਂ ਦੀ ਇੱਕ ਵੱਡੀ ਗਲਤੀ ਹੈ।
दोष खेडा जा खिडारियां दा नहीं, दोष साडी खेड प्रणाली दा है जिस ने विद्यक संस्थावां विच खेडा नूं इक व्यापार बना दिता है। खिडारी विकते हन, बोलियां ते खरीदे जांदे हन। उपरोक्त विचार तो स्पष्ट है कि खेडा विद्या दे सब मतवां दी पूर्ति विच सहायक सिद्ध हुंदियां हन। विद्यार्थियां दे व्यक्तित्व ते पूर्ण विकास विच हिस्सा पाउंदियां हन। पंजाब सरकार ने स्कूलां विच खेडां नूं जरूरी विशा बना दिता है। चंगे खिडारियां नूं नौकरी विच वी पहल दित्ती जांदी है।